ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਬਟਾਲਾ ਦੇ ਨਜ਼ਦੀਕੀ ਪਿੰਡ ਦੇ ਇੱਕ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਰੂਪ ਅਗਨਭੇਟ ਹੋ ਗਏ ਹਨ। ਦੱਸ ਦਈਏ ਕਿ ਇਹ ਹਾਦਸਾ ਸ਼ਾਰਟ ਸਰਕਟ ਕਾਰਨ ਵਾਪਰਿਆ ਹੈ। ਉੱਥੇ ਹੀ ਮੌਕੇ 'ਤੇ ਪਹੁੰਚੀ ਸਤਿਕਾਰ ਕਮੇਟੀ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਤਿਕਾਰ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਮੁੱਛਲ ਅਤੇ SGPC ਦੇ ਮੈਂਬਰ ਸੁਰਜੀਤ ਸਿੰਘ ਮੌਕੇ 'ਤੇ ਪਹੁੰਚੇ। ਇਸ ਮਨਭਾਗੀ ਘਟਨਾ 'ਤੇ ਦੁੱਖ ਜ਼ਾਹਿਰ ਕਰਦੇ ਹੋਏ ਉਹਨਾਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ 3 ਅੱਗ ਦੀ ਲਪੇਟ ਵਿੱਚ ਆ ਗਏ ਨੇ ਪਿੰਡ ਸਖੋਵਾਲ, ਇਹਨੂੰ ਥਾਣਾ ਘੁਮਾਉਣ ਪੈਂਦਾ ਹੈ, ਕਿਉਂਕਿ ਜਿਹੜੇ ਇੱਥੇ ਗ੍ਰੰਥੀ ਨੇ ਉਹਨਾਂ ਦੀ ਉਮਰ ਵੀ 75-78 ਸਾਲ ਦੀ ਹੋ ਸਕਦੀ ਹੈ। ਮੇਰੇ ਹਿਸਾਬ ਨਾਲ ਮੇਰੇ ਵਾਂਗੂ ਨੂੰ ਜਪਜੀ ਸਾਹਿਬ ਨਹੀਂ ਆਉਂਦਾ ਹੋਣਾ। ਇਹ ਪੱਖੀ ਦਾ ਕਾਰਨ ਬਣ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਅਤੇ ਮੈਂਬਰ ਸਾਹਿਬ ਵੀ ਪਹੁੰਚੇ ਨੇ, ਪਰ ਇਹ ਲੰਮੇ ਸਮੇਂ ਤੋਂ ਘਟਨਾ ਵਾਪਰਦੀਆਂ ਆ ਰਹੀਆਂ ਨੇ। ਇਹਦਾ ਹੱਲ ਕੱਢਣ ਵਾਸਤੇ ਕੋਈ ਵੀ ਜਥੇਬੰਦੀਆਂ ਇੱਕ ਮੰਚ, ਇੱਕ ਪਲੇਟਫਾਰਮ 'ਤੇ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਸੱਦ ਕੇ, ਪਹਿਲਾਂ ਵੀ ਜਥੇਦਾਰ ਜਿਹੜਾ ਕਾਰਜਕਾਰੀ ਜਿਹਨੂੰ ਬਦਲ ਦਿੱਤਾ ਗਿਆ ਹੈ, ਉਹਨੇ ਵੀ ਕੋਈ ਇਹਦਾ ਹੱਲ ਨਹੀਂ ਕੱਢਿਆ। ਅਤੇ ਹੁਣ ਵੀ ਜਿਹੜਾ ਜਥੇਦਾਰ ਰਘਬੀਰ ਸਿੰਘ ਜੀ ਬੈਠੇ ਨੇ, ਮੈਂ ਅਤੇ ਉਹਨਾਂ ਨੂੰ ਸਾਰੀ ਸੰਗਤ ਵੱਲੋਂ ਬੇਨਤੀ ਕਰਦਾ ਕਿ ਇਹਦਾ ਕੋਈ ਨਾ ਕੋਈ ਹੱਲ ਲੱਭੀਏ, ਕਿਉਂਕਿ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਕੇਵਲ ਇਕੱਲਾ ਗ੍ਰੰਥੀ ਹੀ ਪ੍ਰਕਾਸ਼ ਕਰਦਾ ਹੈ। ਜਦੋਂ ਲੈਣ ਵਾਸਤੇ ਜਾਂਦੇ ਨੇ ਉਦੋਂ ਘੱਟੋ ਘੱਟ 25-30, 2-3 ਗੱਡੀਆਂ ਵੀ ਸੰਗਤਾਂ ਦੀਆਂ ਜਾਂਦੀਆਂ ਨੇ। ਇਹ ਕੋਈ ਨਾ ਕੋਈ ਆਪਣੇ ਨਿਯਮ, ਕੋਈ ਨਾ ਕੋਈ ਆਪਾਂ ਇਹ ਸਤਿਗੁਰ ਸੱਚੇ ਪਾਤਸ਼ਾਹ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਸਿਆਸੀ ਰੋਟੀਆਂ ਨਾ ਸੇਕੀਏ, ਅਤੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਜ਼ਾਦਾ ਹੈ ਉਹਨੂੰ ਕਾਇਮ ਕਰੀਏ। 3 ਧੰਨ ਗੁਰੂ ਗ੍ਰੰਥ ਸਾਹਿਬ ਜੀ ਸਨ ਜਿਹੜੇ ਅੱਗ ਦੀ ਲਪੇਟ ਵਿੱਚ ਆ ਗਏ ਨੇ, ਅਤੇ ਮੈਂ ਕਿੰਨਾ ਬੜੀ ਦੁਖਦਾਈ ਘਟਨਾ ਹੈ। ਇਹ ਪਹਿਲ ਦੇ ਆਧਾਰ 'ਤੇ ਸਾਰੀਆਂ ਜਥੇਬੰਦੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਕਰਦਾ, ਲੰਮੇ ਸਮੇਂ ਤੋਂ ਕਰਦੇ ਆ ਰਿਹਾ, ਪਰ ਕੋਈ ਵੀ ਜਥੇਬੰਦੀਆਂ ਜਿਹੜੀਆਂ ਵਾ ਉਹ ਅੱਗੇ ਨਹੀਂ ਆ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਦਬੀਆਂ ਵਾਸਤੇ। ਕੁਝ ਕੁ ਆ ਰਹੀਆਂ ਨੇ ਜਿਨ੍ਹਾਂ ਨਾਲ ਚਾਂਦਕ ਸਿੰਘ ਨੇ, ਜਿਨ੍ਹਾਂ ਦੇ ਕੋਲ ਬੜੀ ਹੈਗੀ ਮਾਇਆ ਵੀ ਹੈਗੀ ਹੈ, ਗੱਡੀਆਂ ਵੀ ਆ, ਜਿਨ੍ਹਾਂ ਦੀਆਂ ਸਰਕਾਰੀ ਦਰਬਾਰੇ ਚੱਲਦੀਆਂ ਵੀ ਆ, ਉਹਨਾਂ ਗਾੜੀ ਮੇਰੀ ਬੇਨਤੀ ਹੈ ਨਾ ਇੱਦਾਂ ਕਰੋ ਨਾ ਇੱਦਾਂ ਕਰੋ। ਦੂਜੇ ਧਰਮਾਂ ਵਾਲੇ ਉਹ ਮਜ਼ਾਕ ਉਡਾਉਂਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗ ਦੀ ਲਪੇਟ ਵਿੱਚ ਆ ਕੇ ਯਾਨੀ ਕਿ ਸੜ ਜਾਂਦੇ ਨੇ, ਅਤੇ ਉਹ ਕੀ ਤੁਹਾਡੀ ਰਾਖੀ ਕਰਨਗੇ। ਆਓ ਆਪਾਂ ਸਾਰੇ ਹੀ ਸਤਿਗੁਰ ਸੱਚੇ ਪਾਤਸ਼ਾਹ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਪਹਿਲੀ ਕਦਮ 'ਤੇ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ, ਅਸੀਂ ਵੀ ਉਹਨਾਂ ਨੂੰ ਜਿਹੜੇ ਨਵੇਂ ਜਥੇਦਾਰ ਬਣਾਏ ਗਏ ਨੇ ਉਹਨਾਂ ਨੂੰ ਜ਼ਰੂਰ ਬੇਨਤੀ ਕਰਦੇ ਹਾਂ ਕਿ ਇਹ ਪਹਿਲ ਦੇ ਆਧਾਰ 'ਤੇ ਜਿਹੜਾ ਵਾ ਫੈਸਲਾ ਲੈਣ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦੇਣੇ ਚਾਹੀਦੇ। ਕਾਰਨ ਇਹ ਆ ਕਿ ਅਸੀਂ ਚੱਲ ਕੇ ਇੱਥੋਂ ਥਾਣੇ ਜਾਂਦੇ ਹਾਂ, ਥਾਣਾ ਇੱਕ ਹੀ ਹੈ, ਘੁਮਾਣ ਥਾਣਾ ਇੱਕ ਹੈ, ਅਤੇ ਪਤਾ ਨਹੀਂ ਕਿੰਨੇ ਪਿੰਡਾਂ ਨੂੰ ਇੱਕ ਥਾਣਾ ਪੈਂਦਾ ਹੈ। ਅਸੀਂ ਚੱਲ ਕੇ ਜੇ ਬਾਬਾ ਦੀਪ ਸਿੰਘ ਦੇ ਸਥਾਨ 'ਤੇ ਬੰਬੇ ਕਲਕੱਤੇ ਤੋਂ ਲੋਕ ਚੱਲ ਕੇ ਆ ਸਕਦੇ ਨੇ, ਹਰਿਮੰਦਰ ਸਾਹਿਬ ਚੱਲ ਕੇ ਆ ਸਕਦੇ ਨੇ, ਅਤੇ ਅਸੀਂ ਪਿੰਡ ਵਿੱਚ ਗੁਰਦੁਆਰਾ ਸਾਹਿਬ ਇੱਕ ਹੋਣਾ ਚਾਹੀਦਾ ਸੀ। ਉਸ ਪਿੰਡ ਵਿੱਚ ਗੁਰਦੁਆਰਾ ਸਾਹਿਬ ਇੱਕ ਹੋਣ ਦੇ ਕਾਰਨ ਸਾਨੂੰ ਉੱਥੇ ਸਾਰੇ ਪ੍ਰਬੰਧ ਕਰ ਸਕਦੇ ਹਾਂ। ਇੱਥੇ ਕੋਈ 4 ਕੁ ਡੇਰੇ ਬਾਹਰ ਉੱਠ ਕੇ ਆ ਗਏ ਨੇ ਪਿੰਡ ਵਿੱਚ, ਉਹਨਾਂ ਨੇ ਆਪਣਾ ਗੁਰਦੁਆਰਾ ਸਾਹਿਬ ਬਣਾ ਲਿਆ ਨੇ, ਆਪ ਪ੍ਰਕਾਸ਼ ਕਰ ਲਿਆ, ਅਤੇ ਇਸ ਕਰਕੇ ਮੇਰੀ ਬੇਨਤੀ ਹੈ ਇਹ ਜ਼ਰੂਰ ਕੋਈ ਨਾ ਕੋਈ ਸਖਤ ਫੈਸਲਾ ਲੈਣ ਜਿਹਦੇ ਨਾਲ ਸਤਿਗੁਰਾਂ ਦਾ ਸਤਿਕਾਰ ਬਹਾਲ ਹੋ ਸਕਦਾ। ਅੱਜ ਜਿਹੜੀ ਘਟਨਾ ਵਾਪਰੀ ਹੈ ਬਹੁਤ ਦੁਖਦਾਈ ਹੈ, ਬਹੁਤ ਮੰਦਭਾਗੀ ਹੈ, ਸਾਡੇ ਹਿਰਦੇ ਵਲੂੰਦਰੇ ਗਏ ਆ। ਅਸੀਂ ਜਦੋਂ ਤੋਂ ਮੈਨੂੰ ਪਤਾ ਲੱਗਿਆ, ਮੈਂ ਭਾਵੇਂ ਠੀਕ ਨਹੀਂ ਸੀ, ਮੈਂ ਅੰਮ੍ਰਿਤਸਰ ਨੂੰ ਅੱਜ ਜਾਣਾ ਸੀਗਾ ਦਵਾਈ ਵਾਸਤੇ, ਪਰ ਸੁਣਦਿਆਂ ਸਾਰ ਹੀ ਮੈਂ ਇੱਥੇ ਪਹੁੰਚ ਗਿਆ, ਮੌਕੇ 'ਤੇ ਆਣ ਕੇ ਸਾਰਾ ਵੇਖਿਆ, ਅਤੇ ਇਹ ਮੌਕਿਆਂ 'ਤੇ ਵੇਖ ਕੇ ਜਿਹੜਾ ਉਹ ਝੱਲਿਆ ਨਹੀਂ ਗਿਆ। ਗੁਰੂ ਮਹਾਰਾਜ ਦਾ ਜਿਹੜੇ ਸਰੂਪ, ਪਾਵਨ ਸਰੂਪ ਜਿਹੜੇ ਸੀਗੇ, ਅਗਨ ਭੇਟ ਹੋ ਗਏ ਆ, ਭਾਵੇਂ ਉਹ ਬਿਜਲੀ ਦੇ ਸ਼ਾਰਟ ਕਰਨ ਹੋਏ ਆ, ਭਾਵੇਂ ਕਿਸ ਤਰ੍ਹਾਂ, ਮੈਂ ਸਮਝਣਾ ਇਹਨਾਂ ਜਿਹੜੇ ਪ੍ਰਬੰਧਕ ਸੀ ਇਹਨਾਂ ਦੀ ਜਿਹੜੀ ਹੈ ਅਣਗਹਿਲੀ ਕਰਕੇ ਸਾਰਾ ਕੁਛ ਹੋਇਆ। ਸਾਡੇ ਪ੍ਰਚਾਰਕ ਕੁਝ ਦਿਨ ਪਹਿਲਾਂ ਵੀ ਇੱਥੇ ਆਣ ਕੇ ਇਹਨਾਂ ਨੂੰ ਕਹਿ ਕੇ ਗਏ ਸੀਗੇ ਕਿ ਆਹ ਬਿਜਲੀ ਦੇ ਕਰੰਟ ਵਗੈਰਾ ਨਾਲ ਨਾ ਲਾਓ, ਪੱਖੇ ਨਾ ਲਾਓ, ਇਹ ਜਿਹੜੇ ਪੱਖੇ ਨੇ ਜਿਹੜੇ ਪਲਾਸਟਿਕ ਦੇ ਨੇ ਇਹ ਪਿਘਲ ਕੇ ਨੁਕਸਾਨ ਕਰ ਦਿੰਦੇ ਨੇ, ਅਤੇ ਉਹੀ ਘਟਨਾ ਜਿਹੜੀ ਵਾਪਰ ਗਈ। ਸੋ ਇਹਦੂਗਾ ਇਸ ਅਫਸੋਸ ਦੇ ਮੌਕੇ 'ਤੇ ਸਵਾਏ ਇਸ ਗੱਲ ਤੋਂ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇਰਾ ਭਾਣਾ ਵਾ, ਇਹ ਮੰਨਣਾ ਹੀ ਪੈਣਾ ਸਾਨੂੰ, ਕਿਰਪਾ ਕਰੋ ਮਹਾਰਾਜ ਇਹੋ ਜਿਹੀਆਂ ਘਟਨਾਵਾਂ ਗਾਂ ਤੋਂ ਨਾ ਵਾਪਰਨ। ਸਾਰੀਆਂ ਇੱਥੇ ਸੰਪਰਦਾਵਾਂ ਇਕੱਠੀਆਂ ਹੋਈਆਂ ਨੇ, ਸਾਰਿਆਂ ਇਸ ਗੱਲ 'ਤੇ ਅਫਸੋਸ ਜ਼ਾਹਰ ਕੀਤਾ, ਸਾਰਿਆਂ ਦੇ ਦੁਖੀ ਹਿਰਦੇ ਵਲੂੰਦਰੇ ਨੇ। ਇੱਥੇ ਇਲਾਕੇ ਦੇ ਵੀ ਬਹੁਤ ਸਾਰੇ ਮੋਹਤਬਰ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਅਤੇ ਹੋਰ ਸੇਵਾਦਾਰ ਸਾਰੇ ਜਿਹੜੇ ਇੱਥੇ ਪਹੁੰਚੇ ਨੇ। ਇਹ ਸਹਿਬਨ ਵਾਕਿਆ ਹੋਇਆ, ਪੱਖਾ ਸੀਗਾ ਲੱਗਿਆ ਪਲਾਸਟਿਕ ਦਾ, ਉਹ ਸਰਕਟ ਸ਼ਾਰਟ ਹੋਣ ਨਾਲ ਮਹਾਰਾਜ ਦੇ ਸਰੂਪ ਜਿਹੜੇ ਆ ਅਗਨ ਭੇਟ ਹੋਏ ਆ।
ਉਹ ਸਰਦਾਰ ਸਰਜੀਤ ਸਿੰਘ ਤੁਗਲਾ ਸ਼੍ਰੋਮਣੀ ਕਮੇਟੀ ਮੈਂਬਰ ਵੀ ਆਏ ਸੀ, ਦਮਦਮੀ ਟਕਸਾਲ ਤੋਂ ਵੀ ਆਏ ਸੀਗੇ, ਆਪਣਾ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਵੀ ਆਏ ਸੀਗੇ, ਸਾਰਿਆਂ ਨੇ ਉਹ ਜੋ ਵੀ ਸੀਗਾ ਇਹ ਬੜੀ ਮਾੜੀ ਦੁੱਖਦਾਈ ਘਟਨਾ ਹੈ। ਮਹਾਰਾਜ ਦੇ ਸਰੂਪ ਜਿਹੜੇ ਆ ਸ਼੍ਰੀ ਗੋਇੰਦਵਾਲ ਸਾਹਿਬ ਭੇਜ ਦਿੱਤੇ ਗਏ ਆ, ਜੋ ਵੀ ਇਹ ਸਾਨੂੰ ਕਹਿਣਗੇ ਅਸੀਂ ਉਹਦੇ ਮੁਤਾਬਕ